ਦੇਖੋ ਕੋਰੋਨਾ ਵਾਇਰਸ ਦੇ ਇਸ ਪ੍ਰਕੋਪ ਦੌਰਾਨ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਆਪਣੇ ਇਲਾਕੇ ਨੂੰ ਸਾਫ ਰੱਖਣ ਵਾਲੇ ਸਫਾਈ ਕਰਮਚਾਰੀਆਂ ਨੂੰ ਆਖਿਰ ਫਲੋਰ ਵਿਖੇ ਕਿਸ ਨੇ ਵੰਡਿਆ ਰਾਸ਼ਨ, ਕਿਸ ਨੇ 100 ਪਰਿਵਾਰਾਂ ਨੂੰ ਮੁਹੱਈਆ ਕਰਵਾਈ ਹਰ ਜ਼ਰੂਰਤ ਦੀ ਚੀਜ਼। ਐਸੇ ਬੁਰੇ ਹਾਲਾਤਾਂ ਦੇ ਵਿੱਚ, ਐਸੀ ਜਿੱਥੇ ਪੂਰੇ ਦੁਨੀਆ ਵਿੱਚ ਐਸੀ COVID-19 ਜਿਹੜੀ ਕਰੋਨਾ ਦੀ ਬਿਮਾਰੀ ਫੈਲੀ ਹੋਈ ਹੈ, ਇਹ ਲੋਕ ਆਪਣੀ ਜਾਨ ਹਥੇਲੀ 'ਤੇ ਰੱਖ ਕੇ ਇਲਾਕੇ ਦੀ ਸਵੱਛਤਾ ਵਾਸਤੇ, ਇਲਾਕੇ ਦੀ ਸਫਾਈ ਵਾਸਤੇ ਦਿਨ ਰਾਤ ਮਿਹਨਤ ਕਰ ਰਹੇ ਹਾਂ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਸਰ, ਜਿਹੜਾ ਜਿਹੜੀ ਤੁਸੀਂ ਨਗਰ ਕੌਂਸਲ ਵਿੱਚ ਜਿਹੜਾ ਸਫਾਈ ਮਜ਼ਦੂਰ ਜਿਹੜੇ ਕੰਮ ਕਰਦੇ, ਤੁਸੀਂ ਰਾਸ਼ਨ ਵੰਡਿਆ ਹੈਗਾ, ਸਰ ਕਿੰਨੇ ਕੁ ਬੰਦੇ ਨੂੰ ਵੰਡਿਆ ਹੈਗਾ? ਅੱਜ ਮੈਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਕੋਟਨਕੋਟ ਧੰਨਵਾਦ ਕਰਦਾ ਹਾਂ ਕਿ ਉਹਨਾਂ ਦੇ ਆਸ਼ੀਰਵਾਦ ਨਾਲ, ਉਹਨਾਂ ਦੇ ਦਿਸ਼ਾ ਨਿਰਦੇਸ਼ ਨਾਲ ਜੋ ਅਸੀਂ ਇਲਾਕੇ ਦੇ ਸੂਬੇ ਦੇ ਹਰ ਲੋੜਵੰਦ ਨੂੰ ਉਹਨਾਂ ਵੱਲੋਂ ਭੇਜੀ ਹੋਈ ਜਿਹੜੀ ਰਾਹਤ ਸਮੱਗਰੀ ਹੈ ਉਹ ਦੇਣ ਦਾ ਕੰਮ ਕਰ ਰਹੇ ਹਾਂ। ਅੱਜ ਅਸੀਂ ਨਗਰ ਕੌਂਸਲ ਫਲੋਰ ਦੇ ਵਿੱਚ ਇੱਥੋਂ ਦੇ ਸਾਡੇ EO ਸਾਹਿਬ ਵਿਜੇ ਜੀ ਦੇ ਨਾਲ, ਇਹਨਾਂ ਦੇ ਉਹ ਮਿਹਨਤੀ ਵਰਕਰ ਜਿਨ੍ਹਾਂ ਨੇ ਹਮੇਸ਼ਾ ਲੋਕਾਂ ਦਾ ਗੰਦ ਸਾਫ਼ ਕੀਤਾ ਹੈ, ਲੋਕਾਂ ਦੀ ਇਲਾਕੇ ਨੂੰ, ਗਲੀ ਨੂੰ, ਨਾਲੀ ਨੂੰ ਸਾਫ਼ ਕਰਕੇ ਇਲਾਕੇ ਨੂੰ ਸਾਫ਼ ਕਰਨ ਦਾ ਕੰਮ ਕੀਤਾ ਹੈ, ਉਹਨਾਂ ਨੂੰ ਅਸੀਂ ਅੱਜ ਉਹਨਾਂ ਦੀ ਇਹ ਸੇਵਾ ਵਾਸਤੇ ਇੱਥੇ ਧੰਨਵਾਦ ਕਰਨ ਆਏ ਹਾਂ। ਉੱਥੇ ਕੈਪਟਨ ਸਾਹਿਬ ਵੱਲੋਂ ਜਿਹੜਾ ਹਰ ਗਰੀਬ ਨੂੰ ਉਹਦੇ ਘਰ ਤੱਕ ਰਾਸ਼ਨ ਪਹੁੰਚਾਉਣ ਦਾ ਜਿਹੜਾ ਅਸੀਂ ਕੰਮ ਕੀਤਾ, ਅਸੀਂ ਅੱਜ ਇਹਨਾਂ ਸਾਥੀਆਂ ਨੂੰ ਕੈਪਟਨ ਸਾਹਿਬ ਵੱਲੋਂ ਭੇਜਿਆ ਰਾਸ਼ਨ ਦਿੱਤਾ ਔਰ ਇਹਨਾਂ ਦਾ ਧੰਨਵਾਦ ਕੀਤਾ ਕਿ ਐਸੇ ਬੁਰੇ ਹਾਲਾਤਾਂ ਦੇ ਵਿੱਚ, ਐਸੀ ਜਿੱਥੇ ਪੂਰੇ ਦੁਨੀਆ ਵਿੱਚ ਐਸੀ COVID-19 ਜਿਹੜੀ ਕਰੋਨਾ ਦੀ ਬਿਮਾਰੀ ਫੈਲੀ ਹੋਈ ਹੈ, ਇਹ ਲੋਕ ਆਪਣੀ ਜਾਨ ਹਥੇਲੀ 'ਤੇ ਰੱਖ ਕੇ ਇਲਾਕੇ ਦੀ ਸਵੱਛਤਾ ਵਾਸਤੇ, ਇਲਾਕੇ ਦੀ ਸਫਾਈ ਵਾਸਤੇ ਦਿਨ ਰਾਤ ਮਿਹਨਤ ਕਰ ਰਹੇ ਹਾਂ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਮੈਂ ਇਹਨਾਂ ਨੂੰ EO ਸਾਹਿਬ ਨੂੰ ਇਹ ਵਿਸ਼ਵਾਸ ਦਵਾਉਂਦਾ ਹੈ ਕਿ ਜਦੋਂ ਆਪਣਾ ਸੂਬਾ, ਆਪਣਾ ਦੇਸ਼ ਔਰ ਪੂਰਾ ਜਦੋਂ ਜਿਹੜਾ ਸ੍ਰਿਸ਼ਟੀ ਹੈ ਇਸ ਕਰੋਨਾ ਦੀ ਮਾਰ 'ਚੋਂ ਬਾਹਰ ਨਿਕਲੇਗਾ, ਅਸੀਂ ਮੁੱਖ ਮੰਤਰੀ ਸਾਹਿਬ ਵੱਲੋਂ ਇਹਨਾਂ ਸਾਰੇ ਹੀ ਮਿਹਨਤੀ ਵਰਕਰਾਂ ਨੂੰ ਸਨਮਾਨਿਤ ਕਰਾਵਾਂਗੇ ਔਰ ਇਹਨਾਂ ਦਾ ਮਾਣ ਵਧਾਵਾਂਗੇ। ਨਹੀਂ, ਬਾਬਾ ਜੀ ਇੱਧਰ ਹੋ, ਪੈਸੇ ਲੰਗਰ ਚਲਾ ਦਿਓ, ਅਸੀਂ ਤੁਹਾਨੂੰ SHO ਸਾਹਿਬ ਦਾ ਬੰਦਿਆਂ ਨੂੰ ਲੱਭ ਲੱਭ ਕੇ ਜਾ ਕੇ ਸੇਵਾ ਕਰਕੇ ਆਉਂਦੇ ਆ ਸਾਰੀ ਟੀਮ ਸਾਰੀ। ਇੱਕ ਮਿੰਟ ਦੇਖਿਓ ਜੀ, ਅੰਕਲ ਜੀ ਇੱਕ ਮਿੰਟ ਮਾੜਾ ਜਿਹਾ ਦੇਖੋ, ਗੁਰਬਾਣੀ ਅਖੰਡ ਬਾਣੀ ਵਾਸਤੇ ਫਲੋਰ ਤੋਂ ਅਮਰਜੀਤ ਸਿੰਘ ਮੋਨੂ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ
ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।